ਅਰਦਾਸ ਦੇ ਵਿੱਚ ਇੰਨੀ ਕੁ ਤਾਕਤ ਹੈ ਨਾ, ਜੇ ਸੱਚੇ ਮਨੋਂ ਕੀਤੀ ਹੋਊਗੀ ਤਾਂ ਕਬੂਲ ਜ਼ਰੂਰ ਹੁੰਦੀ ਹੈ। ਲੈ ਆਪਾਂ ਪੱਖੋ ਕੇ ਅੱਜ ਗਰਾਰੀ ਆ, ਫਿਰ ਅੱਜ ਆ ਜਾ ਭਾਜੀ, ਆਹ ਛੇਲ ਹੋ ਗਈ, ਆਹ ਛੇਲ ਮੈਂ ਪਾਣੀ ਖਵਾ ਆਰ ਇਹਦਾ ਖਵਾ ਆ ਗਿਆ ਤੇਰੀ ਓਏ ਖੀਰਾ ਹੋ ਗਈਆਂ ਮੁਬਾਰਕਾਂ ਕੱਢ ਦੇ ਕੁੜੀ ਹੋਏ ਨਹੀਂ ਹੋਇਆ ਲੱਗਦਾ ਕੋਈ ਚੱਕਰ ਪੈ ਗਿਆ। ਕਿੰਨੇ ਹਫ਼ਤੇ ਬਾਅਦ ਗੱਲ ਹੋਈ ਆਪਣੀ? ਨਹੀਂ ਨਹੀਂ ਇੱਕ ਬੰਦੇ ਦੀ ਛੇ ਉਂਗਲਾਂ ਸੀਗੀਆਂ, ਛੇ ਉਂਗਲਾਂ ਸੀਗੀਆਂ। ਤੁਹਾਨੂੰ ਸਾਰੇ ਰੰਗੀਲਾ ਕਹਿ ਕੇ ਬੁਲਾਉਂਦੇ ਸੀ, ਕਿਉਂ ਬੁਲਾਉਂਦੇ ਸੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਵੀ ਮਿੱਤਰੋ, ਇੱਕ ਨਵਾਂ ਦਿਨ ਤੇ ਇੱਕ ਨਵੀਂ ਸਵੇਰ, ਉਸ ਵਾਹਿਗੁਰੂ ਜੀ ਅੱਗੇ, ਸੱਚੇ ਪਾਤਸ਼ਾਹ ਜੀ ਅੱਗੇ, ਉਸ ਸਤਿਗੁਰ ਅੱਗੇ ਅਰਦਾਸ ਕਰਦੇ ਹਾਂ ਕਿ ਸ਼ੁਕਰੀਆ ਸੱਚੇ ਪਾਤਸ਼ਾਹ ਜੀ, ਸਾਨੂੰ ਇਹ ਜੂਨ ਹੰਡਾਲ ਦਾ ਮੌਕਾ ਦਿੱਤਾ ਜਾਂ ਸਾਨੂੰ ਇਹ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ। ਸੱਚੀ ਜਦੋਂ ਹੈ ਨਾ ਤੁਸੀਂ ਕਦੇ ਵਿਹਲੇ ਹੋਵੋਗੇ ਨਾ, ਦੋ ਘੜੀ ਟਾਈਮ ਕੱਢ ਕੇ ਜ਼ਰੂਰ ਸੋਚਿਓ ਕਿ ਜਿਹੜੀ ਆ ਸਾਨੂੰ ਜ਼ਿੰਦਗੀ ਜਿਉਣ ਦਾ ਮੌਕਾ ਮਿਲਿਆ ਨਾ, ਆਪਾਂ ਬਹੁਤ ਕਰਮਾਂ ਵਾਲੇ ਹਾਂ। ਅਤੇ ਬਾਕੀ ਗੁਰੂ ਘਰ ਜ਼ਰੂਰ ਜਾਇਆ ਕਰੋ ਟਾਈਮ ਕੱਢ ਕੇ, ਜੇ ਗੁਰੂ ਘਰ ਨਹੀਂ ਜਾ ਸਕਦੇ ਤਾਂ 5-10 ਮਿੰਟ ਟਾਈਮ ਕੱਢ ਕੇ ਅਰਦਾਸ ਜ਼ਰੂਰ ਕਰਿਆ ਕਰੋ ਕਿ ਮਾਲਕ ਸ਼ੁਕਰੀਆ, ਹਰੇਕ ਚੀਜ਼ ਲਈ ਸ਼ੁਕਰੀਆ। ਅਤੇ ਬਾਕੀ ਅਰਦਾਸ ਕਰਿਆ ਕਰੋ ਕਿ ਖੁਸ਼ੀਆਂ ਭਰਿਆ ਦਿਨ ਹੋਵੇ ਹਰੇਕ ਦੇ ਲਈ, ਅਤੇ ਹਰੇਕ ਬੰਦਾ ਆਪਣੇ ਘਰੋਂ ਜਾਵੇ ਕੰਮ 'ਤੇ, ਅਤੇ ਸੁੱਖੀ ਸਾਂਦੀ ਵਾਪਸ ਆਵੇ। ਅਤੇ ਬਾਕੀ ਅਰਦਾਸ ਦੇ ਵਿੱਚ ਇੰਨੀ ਕੁ ਤਾਕਤ ਹੈ ਨਾ, ਜੇ ਸੱਚੇ ਮਨੋਂ ਕੀਤੀ ਹੋਊਗੀ ਤਾਂ ਕਬੂਲ ਜ਼ਰੂਰ ਹੁੰਦੀ ਆ, ਮੇਰੀ ਹੋਈ ਆ। ਤਾਂ ਮੈਂ ਤੁਹਾਨੂੰ ਇਹ ਚੀਜ਼ਾਂ ਦੱਸਦਾ ਹਾਂ ਕਿ ਰੱਬ ਹੈਗਾ ਆ। ਸੋ ਟਾਈਮ ਜ਼ਰੂਰ ਲੱਗਦਾ ਆ ਹਰੇਕ ਚੀਜ਼ ਨੂੰ, ਪਰ ਮਿਲਦੀ ਹੈਗੀ ਆ। ਬਾਕੀ ਜੇ ਆਪਾਂ ਸੱਚੇ ਮਨੋਂ ਅਰਦਾਸ ਕਰਾਂਗੇ, ਸੱਚੇ ਮਨੋਂ ਉਸ ਵਾਹਿਗੁਰੂ ਜੀ ਨੂੰ ਧਿਆਵਾਂਗੇ, ਤਾਂ ਸਭ ਕੁਝ ਮਿਲਦਾ ਬਾਈ ਜੀ, ਸਭ ਕੁਝ। ਮਿੱਤਰੋ ਕਹਿੰਦੇ ਪਤੰਦਰਾਂ ਨੇ ਖਿੱਚ ਲਈ ਆ ਤਿਆਰੀ, ਸੂਟ ਕੇਸ ਕਰ ਲਏ ਆ ਪੈਕ, ਤੇ ਹੁਣ ਆਪਾਂ ਜਾਵਾਂਗੇ ਜਲੰਧਰ ਨੂੰ। ਓਏ ਹੋਏ ਹੋਏ, ਸਟੋਰੀ ਪੈ ਰਹੀ, ਇੱਕ ਮਿੰਟ ਰੁਕ ਜਾਓ, ਸੋਰੀ ਡਿਸਟਰਬ ਕਰਤਾ ਮੈਂ ਸਰ ਜੀ ਨੂੰ, ਸੋਰੀ ਸਰ। ਹੋ ਗਿਆ ਡਨ, ਪਹਿਲਾਂ ਪੀਲਾ ਪੀਲਾ ਜਿਹਾ ਪਾ ਲਿਆ ਮੈਨੂੰ, ਐਂ ਦੱਸ ਕੜੀ 'ਚ ਡਿੱਗ ਪਈ? ਤੂੰ ਕੜੀ 'ਚ ਡਿੱਗਿਆ ਆ? ਐਂ ਤੁਹਾਡੇ ਪਾਇਆ ਖਟਾ ਜਿਹਾ। ਲਓ ਮਿੱਤਰੋ ਘੈਂਟ ਸਮੂਥੀ ਬਣਾ ਜਾ ਰਿਹਾ ਮੈਂ ਇਹਦੇ ਵਿੱਚ ਪਾਏ ਆ, ਸਮੂਦਰੀ ਹੋ ਗਈ ਯਾਰ, ਪੀਓ ਫਿਰ ਸਵੇਰੇ ਉੱਠ ਗਿਆ ਯਾਰ। ਸਮੂਦਰੀ ਸਮੂਦਰੀ ਕੀ ਹੈ? ਸਮੂਦਰੀ ਸਮੂਥੀ ਸਮੂਥੀ ਸਮੂਦਰੀ ਤੇ ਸਮੂਥੀ 'ਚ ਕੀ ਫਰਕ ਹੈ? ਸਮੂਦਰੀ ਤੇ ਸਮੂਥੀ 'ਚ ਕੀ ਫਰਕ ਆ? ਹਾਂ ਤੈਨੂੰ ਇਹ ਕਹਿਣ ਵੇਲੇ ਵੀ ਸ਼ਰਮ ਆਉਣੀ ਚਾਹੀਦੀ ਤੈਨੂੰ। ਸ਼ਰਮ ਕਾਹਦੀ ਆਉਣੀ ਚਾਹੀਦੀ ਹੈ? ਤੂੰ ਸੈਂਖ 'ਚ ਕਿਉਂ ਨਹੀਂ ਡਿੱਗ ਪੈਂਦਾ ਇਹ ਕਹਿਣ ਵੇਲੇ ਵੀ? ਮੈਂ ਤਾਂ ਡੁੱਬ ਜੂੰਗਾ। ਸਾਰਿਆਂ ਨੂੰ ਦੱਸੀ ਇਹਦੇ ਵਿੱਚ ਕੀ ਪਾਇਆ ਹੋਇਆ? ਕਾਜੂ, ਬਦਾਮ ਨਹੀਂ, ਬਦਾਮ, ਛੁਹਾਰੇ, ਖਰੋਟ, ਖਰੋਟ, ਛੁਹਾਰੇ, ਸਾਲਾ ਛੁਹਾਰਾ ਲਾ ਕੇ ਚੱਲ ਤੇਰੀ ਹੋਏ। ਬੇਰ, ਬੇਰ ਨਹੀਂ, ਹਾਂ, ਬਲੂਬੈਰੀ, ਬਲੂਬੈਰੀ, ਖਜੂਰ, ਖਜੂਰ, ਦੁੱਧ, ਸ਼ਹਿਦ ਤੇ ਓਟਸ, ਸਾਰਾ ਕੁਛ ਘੈਂਟ ਹੀ ਪਾਇਆ। ਤੇ ਆਹ ਸਮੂਥੀ ਸੀ, ਦੁੱਧ ਵੀ ਪਾਇਆ, ਤੁਸੀਂ ਵੀ ਸਾਰੇ ਜਣੇ ਘਰੇ ਜ਼ਰੂਰ ਟਰਾਈ ਕਰੋ, ਦੁੱਧ ਵੀ ਪਾਇਆ, ਦੁੱਧ ਵੀ ਪਾਇਆ, ਸੋਰੀ ਸ਼ਕਤੀਮਾਨ ਸਾਹਿਬ। ਓਏ ਮਿੱਤਰੋ ਕਹਿੰਦੇ ਸਮੂਥੀ ਹੋ ਗਈ ਆ ਰੈਡੀ, ਸਮੂਥੀ ਦਾ ਰੰਗ ਦੇਖੋ ਨਿਕਲ ਕੇ ਆਇਆ, ਓਏ ਹੋਏ ਹੋਏ, ਐਨ ਬਲੂਬੈਰੀ ਵਰਗਾ, ਮੈਂ ਕਹਿੰਦਾ ਘੈਂਟ ਲਾ ਬਲੂਬੈਰੀ, ਸੋਚ ਬਲੂਬੈਰੀ, ਬਲੂਬੈਰੀ ਕਹਿ, ਬਲੂਬੈਰੀ, ਬਲੂਬੈਰੀ, ਬਲੂਬੈਰੀ ਤੇ ਕੀ ਹੈ? ਸਮੂਥੀ। ਸ਼ੁਕਰ ਆ ਰੱਬ ਦਾ, ਸ਼ੁਕਰ ਆ ਰੱਬ ਦਾ ਕਿ ਤੈਨੂੰ ਵੀ ਮਾੜੀ ਮੋਟੀ ਅਕਲ ਆਈ ਬਾਂਦਰ ਆ ਗਿਆ। ਪਰ ਤੂੰ ਆ ਕੜੀ 'ਚ ਡਿੱਗ ਕੇ ਆਏ, ਤੂੰ ਕੜੀ 'ਚ ਡਿੱਗ ਕੇ ਆ, ਖਟਾ ਜਿਹਾ ਪਾਈ, ਹੁਣ ਪੀ ਕੇ ਦਿਖਾ। ਓਏ ਹੋਏ ਹੋਏ ਹੋਏ, ਸਵਾਲ ਹੀ ਗਾ, ਸਵਾਲ ਹੀ ਗਾ, ਨਹੀਂ ਸੁਖਾ ਤੁਸੀਂ ਕਿੱਦਾਂ ਟੇਸਟ? ਬਲੂਬੈਰੀ ਨਹੀਂ ਕਿਤੇ ਪੀਤੀ ਜ਼ਿੰਦਗੀ 'ਚ? ਜ਼ਿੰਦਗੀ 'ਚ ਪਹਿਲੀ ਵਾਰ ਪੀ ਰਹੇ ਸੌ ਲੱਗੀ ਐ ਜਿਹਾ ਰੰਗ।
ਸਵਾਦ ਵੀ ਨਹੀਂ ਹੈਗਾ ਸੱਚ ਦੱਸ। ਪਤਾ ਹੀ ਲੱਗ ਰਿਹਾ ਭਾਅ ਜੀ ਕੀ ਟੇਸਟ ਕਾਹਦਾ ਟੇਸਟ ਹੈ। ਬਲੂਬੇਰੀ ਖਾਧੀ ਨਹੀਂ ਕਦੇ? ਬਲੂਬੇਰੀ ਖਾਧੀ ਪਰ ਇੱਦਾਂ ਟੇਸਟ ਦੇਖਣ ਕਦੇ ਸੱਚੀ ਦੱਸ ਟੇਸਟ ਤਾਂ ਮੈਨੂੰ ਵੀ ਨਹੀਂ ਵਧੀਆ ਲੱਗਦਾ ਪਿਆ ਸੱਚੀ। ਹੁਣ ਜਿਹੜੀ ਬਣਾਈਆਂ ਪੀਣੀ ਪਊਗੀ ਸ਼ਾਇਦ ਵੀ ਪਾਇਆ ਬਾਬਾ ਬਹੁਤ ਕੁਛ ਪਾਇਆ ਕੁਛ ਪਾਈ ਇਹ ਸੱਟ ਵੀ ਇਹ ਵੀ ਲੱਗੀ ਆ ਇਹ ਵਧੀਆ ਸਿਹਤ ਲਈ ਆ ਟੇਸਟ ਲਈ ਨਹੀਂ ਹੈਗਾ ਇਹ। ਉੱਤੋਂ ਧੋਣੇ ਪੈਣਗੇ ਆਪਾਂ ਨੂੰ ਗਲਾਸ ਓਏ ਜ਼ਰੂਰੀ ਹੈ ਟੈਂਸ਼ਨ ਬਾਬਾ ਜੀ ਗਲਾਸ ਧੋਤੇ ਫਿਰ ਭਾਂਡੇ ਉਹ ਵੀ ਧੋਣੇ ਪੈਣੇ ਜਿਹ 'ਚ ਭਰਤਾ ਖਾਧਾ ਗਲਤੀ ਕੀਤੀ ਬਣਾ ਕੇ ਨਾ ਬਣੇ ਬਣਾਉਣਾ ਸ਼ੇਕ ਪੀ ਲੈਂਦੇ ਇਹਦੇ ਨਾਲ ਬਣੇ ਬਣਾਏ ਦਸਾਂ ਦੀ ਫਰੂਟੀ ਲੈਂਦੇ ਰਾਹ 'ਚੋਂ ਆ ਗਈ ਕੀ ਫਰੂਟੀ ਕੀ ਫਰੂਟੀ ਬਣਾਉਣਾ ਸ਼ੇਕ ਪੀ ਲੈਂਦੇ ਚੰਗਾ ਬਣਾਉਣਾ ਮੈਂ ਸਰ ਦਿੱਤੇ ਆ ਖਰਾਬ ਸੀਗੇ ਚੈੱਕ ਕਰ ਮਿੱਤਰੋ ਕਹਿੰਦੇ ਆ ਚੋਬਰ ਹੋ ਗਿਆ ਰੈੜੀ ਤੇ ਨੀਂਦੋ ਨੀਂਦੀ ਹੋਇਆ ਪੈ ਕੰਮ ਕੀ ਦਿਓ ਹੋ ਜੇ ਕਿਤੇ ਰੱਖੇ ਉਹ ਪਿਆ ਕਿੱਥੇ ਆ ਉਹ ਪਿਆ ਭਾਈ ਆਲੂ ਜੀ ਪ੍ਰੋਟੀਨ ਪ੍ਰੋਟੂਨ ਵੀ ਨਾਲ ਹੀ ਲੈ ਚੱਲੇ ਆ ਦੇਖਾਂਗੇ ਉਸੇ ਟਾਈਮ ਲੱਗਾ ਜਿਮ ਲਾਉਣ ਦਾ ਬਾਬਾ ਬਸ ਕਰ ਚਲੀਏ ਆਪਾਂ ਜਲੰਧਰ ਜਾ ਕੇ ਨਾਨ ਖਾਂਦੇ ਆ ਓਏ ਹੋਏ ਆਲੂ ਵਾਲੇ ਨਾਨ ਬਾਬੇ ਆ ਗਈ ਵੀਰੇ ਬੂਟਾਂ ਨੂੰ ਵੀ ਲਾਈਦਾ ਚਲੋ ਜੀ ਪਤਾ ਲੱਗੇ ਡੈਨਵਰ ਲਾਨੇ ਅਸੀਂ ਡੈਨਵਰ ਨਹੀਂ ਸਾਰੇ ਡੈਨਵਰ ਨਹੀਂ ਹੈਗਾ ਚੱਲ ਭਾਜੀ ਜੋ ਵੀ ਹੈਗਾ ਤੁਸੀਂ ਜਿੱਤ ਗਏ ਹਾਰ ਕੇ ਗੱਲ ਨਹੀਂ ਬੜੀ ਬਸ ਚਲੋ ਵੀ ਮੇਰਾ ਬੈਸਨ ਆਣੀ ਆ ਸਵੇਰੇ ਸਵੇਰੇ ਸੇਮ ਟੂ ਯੂ ਉਤੋਂ ਨੀਂਦ ਨਹੀਂ ਆ ਰਹੀ ਉਤੋਂ ਬਸ ਚਲੋ ਬਸ ਚਲੀਏ ਫਿਰ ਚਲੋ ਦੋ ਵੀ ਮਿੱਤਰੋ ਇੱਥੇ ਪਹੁੰਚ ਗਏ ਟੂਲ ਟੈਕਸ ਤੇ ਮੈਂ ਵਿੱਕੀ ਵੱਲ ਧਿਆਨ ਮਾਰਿਆ ਇਹ ਤਾਂ ਹੋ ਗਿਆ ਘੁੱਗੀ ਚੇਤੇ ਦੀ ਤਾਂ ਕਿਉਂਕਿ ਘੱਟੋ ਘੱਟ 20-22 ਘੰਟੇ ਹੋ ਗਏ ਜਾਗਦੇ ਨੂੰ ਲਗਾਤਾਰ ਹੀ ਕੰਮ ਵੱਲ ਧਿਆਨ ਆ ਥੋੜ੍ਹਾ ਜਿਹਾ ਇਹ ਮਾੜੀ ਗੱਲ ਨਹੀਂ ਵਧੀਆ ਗੱਲ ਆ ਪਰ ਵਿੱਕੀ ਹਿੰਮਤ ਹਾਰ ਗਿਆ ਨੀਂਦ ਤਾਂ ਮੈਨੂੰ ਵੀ ਬਹੁਤ ਆਈ ਪਈ ਆ ਅੱਖਾਂ ਦੇ ਵਿੱਚ ਹੈ ਉੱਥੇ ਸ਼ਰਾਬ ਭਲਾ ਉੱਠ ਗਿਆ ਕਿਆ ਬਾਤ ਨੀਂਦ ਬਹੁਤ ਕੱਚੀ ਹੈ ਵਿੱਕੀ ਦੀ ਅਤੇ ਬਾਕੀ ਆਪਣਾ ਕੀ ਉਹਨੂੰ ਕਹਿੰਦੇ ਆ ₹60-70 ਬਚਾ ਲਵਾਂਗੇ ਤੇ ਕੀ ਹੋ ਗਿਆ ਲੱਗਦਾ ਕੋਈ ਚੱਕਰ ਪੈ ਗਿਆ ਬਾਈ ਉਹਨੇ ਗੱਡੀ ਦੇਖ ਲਈ ਪੂਰੇ ਕਿੰਨੇ ਵਿੱਕੀ ਕਿੰਨੇ ਹਫ਼ਤੇ ਬਾਅਦ ਗੱਲ ਹੋਈ ਆਪਣੀ ਰੀਕਨੈਕਟਿੰਗ ਆ ਗਿਆ ਲੈ ਲਓ ਜੀ ਕਿੰਨੇ ਹਫ਼ਤੇ ਬਾਅਦ ਗੱਲ ਹੋਈ ਆਪਣੀ ਲੱਗਦਾ ਮੈਂ ਕਿੰਨੇ ਹਫ਼ਤੇ ਬਾਅਦ ਗੱਲ ਹੋਈ ਆਪਣੀ ਮਹੀਨਾ ਹੀ ਹੋ ਚੱਲਾ ਮਹੀਨਾ ਹੀ ਨਾ ਮਤਲਬ ਕਿ ਇੰਨੇ ਕੁ ਕੰਮਾਂ ਕਾਰਾਂ ਚ ਫਸ ਗਏ ਹੈ ਨਾ ਮੈਸੇਜ ਤਾਂ ਹੁੰਦੀ ਆ ਫੋਨ ਤੇ ਜਿੱਦਾਂ ਘੰਟਾ ਹੋ ਗਿਆ ਆਪਾਂ ਨੂੰ ਗੱਲ ਕਰਦੇ ਨੂੰ ਦੁੱਖ ਸੁੱਖ ਸਾਂਝੇ ਕੀਤੇ ਜਿਹੜੇ ਉਹ ਬੜੇ ਟਾਈਮਾਂ ਬਾਅਦ ਕੀਤੇ ਆ ਕੰਮਾਂ ਕਾਰਾਂ ਵਿੱਚ ਇੰਨਾ ਕੁ ਵਿਅਸਤ ਹੋ ਗਏ ਆ
ਕਿ ਘਰਦਿਆਂ ਨੂੰ ਵੀ ਟਾਈਮ ਨਹੀਂ ਦੇ ਹੋ ਰਿਹਾ, ਪਰ ਆਹੀ ਟਾਈਮ ਆ ਕਮਾਉਣ ਦਾ, ਆਹੀ ਟਾਈਮ ਆ ਸਾਂਭਣ ਦਾ। ਮੁੜ ਕੇ ਜਦੋਂ ਸਾਲ ਲੰਘੀ ਜਾਣੇ, 5 ਕੁ ਸਾਲ ਟੱਪਣੇ ਆ, ਫਿਰ ਇਸ ਚੀਜ਼ ਦੀ ਅਹਿਮੀਅਤ ਪਤਾ ਲੱਗਣੀ, ਫਿਰ ਅਸੀਂ ਇਕੱਠੇ ਹੋਵਾਂਗੇ ਬਿਲਕੁਲ, ਫਿਰ ਪੂਰਾ ਪਰਿਵਾਰ ਇਕੱਠੇ ਬਹਿ ਕੇ ਖਾਇਆ ਕਰਾਂਗੇ, ਬੈਠਿਆ ਕਰਾਂਗੇ, ਕਿਉਂਕਿ ਉਨੇ ਕੁ ਛਿੱਲੜ ਜੋੜ ਲੈਣੇ ਆਪਾਂ ਨਾ, ਹਾਲੇ ਆਪਣੇ ਕੋਲ ਟਾਈਮ ਆ ਕਮਾਉਣ ਦਾ, ਕਮਾਵਾਂਗੇ ਚਲੋ ਜਿੰਨਾ ਕਮਾਵਾਂਗੇ, ਅਤੇ ਬਾਕੀ ਓਕੇ ਆ। ਭਾਈ ਮੈਂ ਰਾਹ ਜਾ ਦਿੱਤਾ, ਮੈਂ ਕਿਹਾ ਲੈ ਲੱਗਦਾ ਵਿੜਾ ਪੈਣ ਲੱਗੇ, ਕਿਉਂ ਵਿੱਕੀ ਡਰ ਤੂੰ ਵੀ ਗਿਆ ਹੀ ਕਿਹੜਾ, ਨਹੀਂ ਡਰ ਵਿੱਕੀ ਡਰ ਤਾਂ ਨਹੀਂ ਹੈਗਾ, ਵਿੱਕੀ ਦਲੇਰ ਬਹੁਤ, ਵਿੱਕੀ ਡਾ ਆਪਣਾ ਲਾਈ ਰੱਖਦਾ ਆ ਸੇਬ, ਨਾਲ ਨਾਲ ਹੀ ਖਾਂਦਾ ਰਹਿੰਦਾ ਆ, ਇਹ ਫਰੂਟ ਖੁਰਾਕ ਪੂਰੀ ਰੱਖਦਾ ਨਾ ਵਿੱਕੀ ਮੇਰਾ। ਚਲੋ ਬਾਕੀ ਪਹੁੰਚਦੇ ਜਲੰਧਰ, ਸੋਚਿਆ ਕਰਨਾ ਨਾ ਖਾਂਦੇ ਬਲੋਗ ਐਂਡ ਤੱਕ ਦੇਖਿਓ ਜੀ। ਸਤਿ ਸ਼੍ਰੀ ਅਕਾਲ ਜੀ, ਹਜੇ ਨੀਂਦ ਆ, ਬੰਦ ਕਰ ਦੇ, ਤੇਰੇ ਵਿੱਚ ਚੱਡਾ ਕਰਾਉਂਗਾ ਜੀ। ਪਹਿਲਾਂ ਇਹ ਦੱਸੋ ਬੰਦੇ ਦਾ ਨਾਮ ਕੀ ਆ? ਮੋਟੇ ਦਾ ਹੋ ਗਿਆ ਨਾ, ਮੋਟੇ ਹੋ ਗਏ ਬਾਈ ਯਾਰ, ਉਹੀ ਗੱਲ ਬਾਬਾ, ਤੈਨੂੰ ਪਤਾ ਨੀ ਜੇ ਕਾਰਲਰ ਬੰਨਾ ਭਾਈ ਨੇ, ਪਹਿਲਾਂ ਭਾਜੀ ਨੇ ਆਪਣੇ ਆਪ ਨੂੰ ਫੈਟ ਹੀ ਕਰਨਾ, ਉਹ ਤੋਂ ਬਾਅਦ ਫਿਰ ਫੈਟ ਤੋੜਨੀ ਆ। ਤੁਸੀਂ ਮੈਨੂੰ ਇਹ ਦੱਸੋ ਬੰਦੇ ਦਾ ਨਾਮ ਕੀ ਆ? ਚੱਕਰ ਪਤਾ ਕੀ ਹੈ, ਜਦੋਂ ਬੰਦੇ ਦੀ ਆਪਣੀ ਸੀਨ ਵਧੀਆ ਹੁੰਦੀ ਨਾ, ਦੂਜੇ ਨੂੰ ਇਨਕਰੇਜ ਕਰਦਾ ਬੰਦਾ। ਭਾਜੀ ਮੈਂ ਤਾਂ ਹਲੇ ਕਰਨੀ ਆ, ਮੈਂ ਤਾਂ ਹਲੇ ਸਰੀਰ ਦਾ ਭਾਰ ਪਤਾ ਕਿੰਨਾ ਕਰ ਲੈਣਾ, ਮੈਂ 10 ਕਿਲੋ ਭਾਰ ਤੋੜ ਕੇ ਕਟਿੰਗ ਚ ਕਰਕੇ ਫੇਰ ਬਲਕ ਕਰਦਾ। ਅੱਛਾ, ਤੁਹਾਡੇ ਇੱਕ ਵਲੌਗ ਦੇ ਵਿੱਚ ਇੱਕ ਚੀਜ਼ ਆਪਾਂ ਪੁੱਛਦੇ, ਕੁਐਸਚਨ ਪੁੱਛਦੇ ਆ, ਦੱਸੋ ਇੱਕ ਬੰਦੇ ਦਾ ਨਾਮ ਨਾ ਰੰਗੀਲਾ ਸੀ? ਨਹੀਂ ਉਹੀ ਤਾਂ ਮੈਂ ਪੁੱਛ ਰਿਹਾ, ਉਹੀ ਤਾਂ ਸਲਗਾ ਨਹੀਂ। ਇੱਕ ਬੰਦੇ ਦੀ 6 ਉਂਗਲਾਂ ਸੀਗੀਆਂ, 6 ਉਂਗਲਾਂ ਸੀਗੀਆਂ, ਤੁਹਾਨੂੰ ਸਾਰੇ ਰੰਗੀਲਾ ਕਹਿ ਕੇ ਬੁਲਾਉਂਦੇ ਸੀ, ਕਿਉਂ ਬੁਲਾਉਂਦੇ ਸੀ? ਕਿਉਂਕਿ ਉਹਦੇ ਉਂਗਲਾਂ 6 ਸੀ। ਇੱਕ ਮਿੰਟ ਦੁਬਾਰਾ ਬੋਲਿਓ। ਅੱਛਾ, ਇੱਕ ਬੰਦੇ ਨਾ 6 ਉਂਗਲਾਂ ਸੀਗੀਆਂ, ਇੱਕ ਬੰਦੇ ਦੀਆਂ 6 ਉਂਗਲਾਂ ਸੀਗੀਆਂ, ਤੁਹਾਨੂੰ ਸਾਰੇ ਰੰਗੀਲਾ ਕਹਿ ਕੇ ਬੁਲਾਉਂਦੇ ਸੀ, ਕਿਉਂ? ਇੱਕ ਬੰਦੇ ਦੀ 6 ਉਂਗਲਾਂ ਸਾਰੇ ਰੰਗੀਲਾ ਕਹਿ ਕੇ ਬੁਲਾਉਂਦੇ ਸੀ ਕਿਉਂ 6 ਅਲਟਰਾ ਵੋਚ ਤੇ 4 ਏਅਰਪੋਰਟ ਦੇ ਅੰਸਰ ਦਿੱਤਾ ਤਾ ਹੈ ਮੇਰੇ ਨਾਲ ਗਿਫਟ ਹੋ ਗਿਆ ਤੁਹਾਨੂੰ 4 ਅਲਟਰਾ ਵੋਚ ਤੇ 4 ਏਅਰਪੋਰਟ ਪਲੋ ਸਾਡੇ ਨਾਲ ਗਿਫਟ ਹੋ ਗਿਆ ਤੁਹਾਨੂੰ ਫਿ
ਮੈਂ ਦੱਸ ਦਾਂ ਤਿੰਨ ਛੇ ਸ਼ਾਂਤ ਛੇ ਉਂਗਲਾਂ ਉਹਨੂੰ ਰੰਗੀ ਲੈ ਕੇ ਬਣਾਉਂਦੇ ਸਾਰੇ ਕਿਉਂ ਜਦੋਂ ਬੱਸ ਆਈ ਦੱਸੇ ਮਾਨਸਰ ਲਾਵਾਂਗੇ ਸਾਜਨ ਬਾਈ ਤੁਸੀਂ ਨੀ ਦੱਸਣਾ ਤੁਹਾਡਾ ਦਿਮਾਗ ਦਾ ਅਜੇ ਤੇਜ਼ ਚੱਲਦਾ ਜੀ ਉਂਗਲੀਆਂ ਦਾ ਕੁਛ ਬਣਨਾ ਉਂਗਲੀਆਂ ਦਾ ਦਿਮਾਗ ਚ ਰੱਖੀ ਰੰਗੀਲਾ ਉਂਗਲੀਆਂ ਰੰਗੀਲਾ ਦੇ ਉਂਗਲਾਂ ਨਹੀਂ ਹੁੰਦੀਆਂ ਯਾਰ ਰੰਗੀਲਾ ਦੇ ਛੇ ਉਂਗਲਾਂ ਇੱਕ ਬੰਦੇ ਦੀ ਛੇ ਉਂਗਲਾਂ ਸਾਰੇ ਨੂੰ ਰੰਗੀਲਾ ਕਹਿ ਕੇ ਬੁਲਾਉਂਦੇ ਸੀ ਇੱਕ ਹੱਥ ਚ ਛੇ ਸੀ ਇੱਕ ਹੱਥ ਉਹ ਹਾਰ ਗਏ ਦੋਨਾਂ ਹਾਰ ਗਏ ਹਾਰ ਗਏ ਆਨਸਰ ਦੱਸੋ ਆਪੋ ਫੁੱਦੂ ਜਿਹਾ ਕੁਐਸਚਨ ਸੀਗਾ ਮੈਨੂੰ ਪਤਾ ਸੀਗਾ ਬਿਨਾਂ ਗੱਲੋਂ ਹੀ ਉਧਰ ਤਾਂ ਹੋ ਗਿਆ ਆਇਆ ਮੇਰੇ ਨਾਲ ਫੇਰ ਕੀ ਆ ਫੇਰ ਕੇ ਜਲੰਧਰ ਚ ਤਾਂ ਕੋਈ ਨੀ ਇੱਧਰ ਉੱਧਰ ਹੋ ਗਿਆ ਰੋਣਾ ਪੈ ਜੂਗਾ ਇਹਨਾਂ ਦਾ ਮਾਮਾ ਹਰੇਕ ਅੱਛਾ ਗਾਣ ਵੀ ਗਾਣੇ ਫਿਰ ਆਪਾਂ ਸਹੀ ਗੱਲ ਇੱਥੇ ਨਾ ਨਾ ਕਹਦੇ ਆਲੂ ਵਾਲੇ ਕੱਲੇ ਪਿਆਜ਼ ਇੱਕ ਵੀ ਨਾ ਹੋਵੇ ਤਿੰਨ ਸਪੈਸ਼ਲ ਨਾਨ ਆਲੂ ਵਾਲੇ ਸਪੈਸ਼ਲ ਜਲਦੀ ਕਰਾਰੇ ਜੇ ਹੁਣ ਨਾਲ
ਨਾਨ ਪਿਆਜ ਪਵਾ ਲਈ ਪਰ ਸਵਾਦ ਅਨੁਸਾਰ ਪਿਆਜ ਜ਼ਿਆਦਾ ਨਾ ਪਵਾਈ। ਆ ਗਏ ਵੀ ਅੱਜ ਪਹੁੰਚੇ ਆਪਾਂ ਚਾ ਆਨਸਰ ਬੰਦਾ ਦੇ ਜਾਂਦਾ ਆ ਗਿਫਟ ਹੁੰਦੇ ਬਾਕੀ ਰੀਲਸ ਚੈੱਕ ਕਰੋ ਬਹੁਤ ਭਰਾ ਮਤਲਬ ਬਹੁਤ ਫੈਮਿਲੀ ਸਾਡੇ ਕੋਲ ਖੁਸ਼ ਹੋ ਕੇ ਜਾਂਦੀ ਹੈ ਇੱਕ ਵਾਰੀ ਪੁੱਛ ਲਿਆ ਤੁਹਾਡੇ ਤੋਂ ਇੱਕ ਵਾਰ ਨੀ ਚੱਲਦੀ ਬਹੁਤ ਸੌਖਾ ਜਿਹਾ ਸਵਾਲ ਜੀ ਦੱਸੋ ਰਿਲੈਕਸ ਇੱਕ ਆਦਮੀ ਨੂੰ ਗੰਜਾ ਆਉਣ ਲਈ 10 ਰੁਪਏ ਲੱਗਦੇ 10 ਗੰਜਿਆਂ ਨੂੰ ਗੰਜਾ ਆਉਣ ਲਈ ਕਿੰਨੇ ਪੈਸੇ ਲੱਗਣਗੇ ਇੱਕ ਆਦਮੀ ਨੂੰ ਗੰਜੇ ਹੋਣ ਲਈ 10 ਰੁਪਏ ਲੱਗਦੇ ਤੇ 10 ਆਦਮੀ ਨੂੰ ਗੰਜੇ ਹੋਣ ਲਈ ਆਨਸਰ ਇੱਕ ਆਦਮੀ ਨੂੰ ਗੰਜਾ ਆਉਣ ਲਈ 10 ਰੁਪਏ ਲੱਗਦੇ ਨੇ 10 ਗੰਜਿਆਂ ਨੂੰ ਗੰਜੇ ਆਉਣ ਲਈ ਕਿੰਨੇ ਪੈਸੇ ਲੱਗਣਗੇ ਉਹ ਪਹਿਲੇ ਗੰਜੇ ਸ਼ਕਤੀਮਾਨ ਦੇਖਿਆ ਨਾ ਜੋ ਘੁੰਮ ਕੇ ਜਾਂਦਾ ਹੁੰਦਾ ਛੋਟੇ ਨੇ ਸਾਰਿਆਂ ਨੇ ਦੇਖਿਆ ਤੁਸੀਂ ਦੇਖਿਆ ਹੋਣਾ ਸ਼ਕਤੀਮਾਨ ਦਾ ਪਹਿਲਾ ਰੂਪ ਪਤਾ ਸ਼ਕਤੀਮਾਨ ਹੈ ਨਾ ਗੰਗਾਧਰ ਨਹੀਂ ਸੁਣਦੇ ਲੋ ਪੂਰੀ ਗੱਲ ਸ਼ਕਤੀਮਾਨ ਨੇ ਤਾਂ ਬਣਾ ਦੇਣਾ ਬਾਪੂ ਜੀ ਨੇ ਅਲਟਰਾ ਬਹੁਤ ਜਿੱਤ ਗਏ ਤੇ ਆਪਾਂ ਸੌਖ ਨਾਲ 5-7 ਜਿੱਤ ਕੇ ਜਾਣੀ ਆ ਲੋ ਵੇ ਮਿੱਤਰੋ ਜਦੋਂ ਅੰਕੁਸ਼ ਭਾਈ ਤੋਂ ਆਈਦਾ ਆ ਤੇ ਨਾਨ ਜ਼ਰੂਰ ਖਾਈਦੇ ਆ ਇਹ ਇਦਾਂ ਕਹਿ ਕੇ ਓਏ ਹੋਏ ਹੋਏ ਕਿਆ ਬਾਬੇ ਕੀ 10 ਰੁਪਏ ਓਕੇ ਗੱਲ ਚਪੇੜਾ ਕਰਾਵਾਂ ਤੇਰੇ ਬਾਂਦਰ ਜਿਹਾ ਮਤਲਬ ਕਿ ਜਿੰਨਾ ਮਰਜ਼ੀ ਮੈਂ ਡਾਇਟਿੰਗ ਤੇ ਹੋਵਾਂ ਜਿੰਨੇ ਮਰਜ਼ੀ ਜਿੰਮ ਜੁੰਮ ਚੱਲਦੇ ਹੁਣ ਜਿੰਮ ਭੁੱਲ ਜਾਈਦਾ ਜਿਹੜੀ ਆਹ ਚੀਜ਼ ਨਾ ਨਿਸ਼ਕ ਮੋ ਰਿਹਾ ਇਹ ਨਾਲ ਇੱਕ ਰੇਹੜੀ ਦੇ ਆ ਜੇ ਮੈਂ ਤੁਹਾਨੂੰ ਉਹਨਾਂ ਜਿਹੜਾ ਡਰੈਸ ਦਊਂਗਾ ਤੁਸੀਂ ਖਾ ਕੇ ਜ਼ਰੂਰ ਆਇਓ ਇਹ ਨਹੀਂ ਕਿ ਹਾਂ ਕਿਤੋਂ ਆਏ ਦੂਰੋਂ ਆਏ ਇੱਕ ਰੇਹੜੀ ਦੇ ਨਾਂ ਆ ਬਸ ਇਹ ਰੇਹੜੀ ਦਾ ਕਿਵੇਂ ਪਤਾ ਵਾ ਜਲੰਧਰ ਦੇ ਵਿੱਚ ਟੇਸਟ ਹੈ ਵਧੀਆ ਸਵਾਦ ਹੈ ਬਹੁਤ ਸ਼ਕੇ ਇਹਦੇ 2-2 ਖਾ ਲੂੰਗਾ ਆਰਾਮ ਨਾਲ ਬਾਕੀ ਤੂੰ ਕਿੰਨੇ ਖਾਂਗਾ ਉਹਨੂੰ ਕੁਛ ਭਾਈ ਤਾਂ 5-5 ਖਾ ਜਾਂਦਾ ਜੋੜ ਕੇ ਚੱਲ ਉਹ ਆਇਲ ਪੁਆਇੰਟ ਤੇ ਆਈ ਨੂੰ ਨਾਂ ਲੱਗ ਗਈ ਹੈ ਹਾਂ ਤੁਸੀਂ ਉਹ ਚਾਵਲਾ ਮਾਲ ਪੰਡ ਤੇ ਆਓ ਤੇ ਫੋਨ ਲੈ ਕੇ ਜਾਓ ਤੇ ਇਹਨਾਂ ਨੂੰ ਕਹੋ ਫੋਨ ਅਸੀਂ ਲੈ ਲਿਆ ਨਾਲ ਨਾਲ ਖਵਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਆਹ ਸੌਖਾ ਤਰੀਕਾ ਹਾਂ ਡਨ ਆਨਸਰ ਵੀ ਦਿਓ ਤੇ ਬਾਅਦ ਜਿੱਤ ਜਾਓ ਆਨਸਰ ਹੈ ਗਿਆ ਹਾਂ ਸੁਪਰਮੈਨ ਉਹ ਦੋਨਾਂ ਲਿਖਾਉਂਦੇ ਖਾਂ ਸੁਣ ਜਾਏ ਦੱਸੋ ਭਾਜੀ ਇੱਕ ਮਿੰਟ ਦੱਸੋ ਨੀ ਪੁੱਛੋ ਹਾਂਜੀ ਬਾਬੂ ਕੁਸ਼ਚਨ ਦੱਸਣਗੇ ਵੀਰੇ 500 ਦਵਾਂ ਕੀ ਹੋਇਆ ਕਿਉਂ ਹੋਰ ਕੀ ਕਿਉਂ ਕਿਉਂ ਅਸੀਂ ਕਹਿ ਤਾਂ ਹੀ ਕਹਿ ਮੈਂ ਦੱਸੋ ਰਾਤਾ ਵੀ ਖਾਓ ਕੋਈ ਨਾ ਆਨਸਰ ਦੇ ਗਈ ਸ਼ਕਤੀਮਾਨ
ਇੱਕ ਹੋਰ ਕੁਐਸਚਨ ਸ਼ਕਤੀਮਾਨ ਸਾਰਿਆਂ ਨੇ ਦੇਖਿਆ ਸੇਮ ਅਲਟਰਾ ਵਾਚ ਮਿਲੂਗੀ ਨਾ ਅਲਟਰਾ ਵਾਚ ਟੂ ਦੋ ਦੋ ਦੀ ਜਗ੍ਹਾ ਤਿੰਨ ਜੇ ਅੰਸਰ ਤਿੰਨ ਛੱਡੋ ਦੱਸ ਦਿੱਤੀਆਂ ਯਾਰ ਦਸ ਅਲਟਰਾ ਵਾਚ ਅਲਟਰਾ ਵਾਚ ਤੇ ਦਸ ਏਅਰਪੋਰਟ ਪ੍ਰੋ ਗੂਗਲ ਤੇ ਸਰਚ ਨਹੀਂ ਕਰਨਾ ਇਹ ਤੁਹਾਡੇ ਦੋਨਾਂ ਨੇ ਹੋਣੇ ਜਿਹੜੇ ਉਹ ਵਲੌਗ ਦੇਖਣ ਗੂਗਲ ਤੇ ਸਰਚ ਮਾਰਨਾ ਨਾਲ ਹੀ ਸ਼ਕਤੀਮਾਨ ਦੇਖਿਆ ਤੂੰ ਹਾਂਜੀ ਮੈਂ ਵੀ ਦੇਖਿਆ ਤੁਸੀਂ ਦੇਖਿਆ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਦੇਖਿਆ ਹਾਂਜੀ ਸ਼ਕਤੀਮਾਨ ਦਾ ਪਹਿਲਾ ਰੂਪ ਕਿਹੜਾ ਸ਼ਕਤੀਮਾਨ ਨਾ ਸ਼ਕਤੀਮਾਨ ਦਾ ਦੂਜਾ ਰੂਪ ਕਿਹੜਾ ਹੁਣ ਗੰਗਾਧਰ ਦਾ ਪੂਰਾ ਨਾਮ ਦੱਸੋ ਮੈਂ ਨਾਲ ਖਾਣ ਨਹੀਂ ਗੰਗਾਧਰ ਦਾ ਪੂਰਾ ਨਾਮ ਚਾਹੀਦਾ ਫੋਨ ਨਹੀਂ ਫੜਨਾ ਕਿਸੇ ਨੇ ਸਾਰਿਆਂ ਨੇ ਸ਼ਕਤੀਮਾਨ ਦੇਖਿਆ ਤੈਨੂੰ ਕੀ ਪਤਾ ਮੰਮਾ ਜੋ ਸ਼ਕਤੀਮਾਨ ਹੋਗਾ ਤੂੰ ਤਾਂ ਹੋਇਆ ਵੀ ਨਹੀਂ ਸੀ ਭਾਈ ਕੀ ਹੋਇਆ ਸ਼ਕਤੀਮਾਨ ਦੇਖਿਆ ਹੀ ਮੈਂ ਪਤਾ ਵੀ ਹੈ ਕਿਵੇਂ ਉੱਡਦਾ ਉਹ ਐ ਘੁੰਮ ਗਿਆ ਹੋ ਜਾਂਦਾ ਸੀ ਗੰਗਾ ਤਾਂ ਪੂਰਾ ਨਾਲ ਪਰ ਕਿਸੇ ਨੂੰ ਨਹੀਂ ਪਤਾ ਹੋਣਾ ਸਹੀ ਗੱਲ ਆ ਸਰ ਪਤਾ ਤੁਹਾਨੂੰ ਪਤਾ ਬਈ ਦੱਸੋ ਸਹੀ ਮੈਂ ਦੱਸਦਾ ਕਦੋਂ ਮੇਰੀ ਗੱਲ ਤੁਸੀਂ ਸੋਚੋ ਸਹੀ ਗੰਗਾ ਦਾ ਹੀ ਸ਼ਕਤੀਮਾਨ ਥਾ ਕੁਰਾ ਚੰਡਾ ਪੰਡਿਤ ਵਿਦਿਆਧਰ ਯਾਰ ਬਹੁਤ ਪੁਰਾਣਾ ਦੇਖਿਆ ਨਾ ਤੈਨੂੰ ਪਤਾ ਦੱਸ ਦੇ ਨਹੀਂ ਪੰਡਿਤ ਵਿਦਿਆਧਰ ਤਾਂ ਮੈਂ ਹਾਂ ਇਹ ਡੱਬੇ ਤੇ ਲਿਖਿਆ ਹੁੰਦਾ ਹੈਗਾ ਹਾਂ ਸਾਰੇ ਡੱਬਾ ਨਾਲ ਲੈ ਗਿਆ ਜਿੱਥੇ ਜਾਣਾ ਮੈਂ ਡੱਬੇ ਦੇਖਦਾ ਟੈਚੀ ਸੋ ਡੱਬਾ ਹੀ ਟੈਚੀ ਬਈ ਇੱਕ ਨਾ ਨਾ ਲਿਖਾ ਨਹੀਂ ਹੋਇਆ ਤੇ ਪਤੰਦਰ ਨੇ ਇੱਕ ਹੋਰ ਮੰਗਾ ਲਿਆ ਆਪਣੇ ਲਈ ਮੈਂ ਨਹੀਂ ਮੰਗਾਇਆ ਮੈਂ ਖਾਣਾ ਹੀ ਮੰਗਾਇਆ ਇਹਨਾਂ ਨਹੀਂ ਹੈ ਤੁਸੀਂ ਮੰਗਾਇਆ ਤੁਸੀਂ ਕਹਿੰਦੇ ਇੱਕ ਪਲੇਟ ਮੰਗਾ ਲਓ ਤੋ ਚਾਪਾ ਅੱਧਾ ਕਰ ਲਾਂਗੇ ਨਾ ਨਾ ਆਪਾਂ ਕਿ ਇੱਕ ਇੱਕ ਪਲੇਟ ਮੰਗਾਨੇ ਇੱਕ ਇੱਕ ਖਾਣੇ ਆ ਇੱਕ ਪਲੇਟ ਮੰਗਾਏ ਸੀ ਵੀ ਅੱਧਾ ਅੱਧਾ ਕਰ ਲਾਂਗੇ ਨਾ ਜੀ ਨਾ ਇਹ ਬਾਅਦ ਚ ਗੱਲ ਹੋਈ ਹੈ ਜਦੋਂ ਸੰਤੁਸ਼ਟੀ ਹੋ ਗਈ ਆਪਣੀ ਆਪਾਂ ਦਾ ਹੱਥ ਜੋੜੇ ਬਸ ਸੱਚੀ ਭਾਈ ਬਸ ਤਾਂ ਨਾ ਤਾਂ ਦੇਖੋ ਗੁੱਡਾ ਪਰ ਇੱਕ ਜੀ ਰਾਜੀ ਜਾਂਦਾ ਬੰਦਾ ਸਵਾਦ ਆ ਪਰ ਮੈਂ ਕੁਲੀ ਨਹੀਂ ਖਾ ਜੂਗਾ ਭਾਈ ਮੇਰੀ ਹੈ ਨਹੀਂ ਕੀ ਹੈਗੀ ਹੈਗੀ ਸੀ ਤਾਂ ਦੇਖੋ ਵੱਧਾ ਗਿਆ ਡੋਲਰ ਜਿਮ ਜਿਮ ਜਾਂਦੇ ਨੇ ਆਪਾਂ ਕਾ ਜੀ ਭਾਈ ਛੱਡਤੀ ਜਿਮ ਕਿਹੜਾ ਹੋ ਗਿਆ ਮੁਬਾਰਕਾਂ ਬੜੇ ਟਾਈਮ ਤੋਂ ਮੈਨੂੰ ਆਹ ਘੜੀ ਦਾ ਇੰਤਜ਼ਾਰ ਸੀਗਾ ਇਹ ਮੇਰਾ ਇੱਕ ਫੋਨ ਵਲੌਗ ਵਾਲਾ ਭਰ ਗਿਆ ਸੀਗਾ ਤੇ ਇੱਕ ਮੇਰਾ ਡਾਟਾ ਕਰਕੇ ਭਰ ਗਿਆ ਸੀਗਾ ਤੇ ਮੈਨੂੰ ਇਹ ਸੀ ਮੇਰੇ ਤੋਂ ਤਿੰਨ ਫੋਨ ਹੋ ਜਾਣ ਇੱਕ TV ਦੇ ਇੱਕ ਤੇ ਮੈਂ ਜਿਹੜਾ ਵਲੌਗ ਬਣਾਉਂਦਾ ਪਿਆ ਉਹ ਇੱਕ TV ਦਾ ਹੋ ਗਿਆ ਇੱਕ 15 ਪ੍ਰੋ ਮੈਕਸ ਇੱਕ ਆਹ ਹੋ ਗਿਆ ਇੱਕ TV ਇੱਕ 15 ਪ੍ਰੋ ਮੈਕਸ ਇੱਕ ਆਹ ਹੋ ਗਿਆ ਇੱਕ TV ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਚਾਵਲਾ ਮੋਬਾਈਲ ਪੁਆਇੰਟ ਵਾਲਿਓ ਹੁਣ ਤਾਂ ਹੈ ਨਾ ਕੰਮ ਇੰਨਾ ਕੁ ਔਖਾ ਹੋ ਗਿਆ ਨਾ ਕਿ ਅੱਖ ਲੱਗਦੀ ਲੱਗਦੀ ਰਹਿ ਗਈ ਝੋਂਕਾ ਲੱਗਦਾ ਲੱਗਦਾ ਹੀ ਰਹਿ ਗਿਆ ਰੁਕਣਾ ਹੀ ਪੈ ਗਿਆ ਇਹ ਤੋਂ ਪਹਿਲਾਂ ਮੈਂ ਕਿਹਾ ਕੋਈ ਮਾੜਾ ਮੋਟਾ ਕੋਈ ਹੈਪਨ ਹੋਵੇ ਜਾਂ ਐਕਸੀਡੈਂਟ ਹੋਵੇ ਅੱਧਾ ਘੰਟਾ ਸੋਈਏ ਮੇਰੇ ਹਿਸਾਬ ਨਾਲ 26-25 ਘੰਟੇ ਹੋ ਗਏ ਜਾਗਦੇ ਨੂੰ ਦੋ ਹੀ ਭਰਾਵਾਂ ਨੂੰ 26 ਘੰਟੇ ਬਿਨਾ ਤੇਰਾ ਭਰਾ ਹੋ ਗਿਆ 26 ਘੰਟਿਆਂ ਦੇ ਵਿੱਚ ਇੱਕ ਵਾਰੀ ਨਹੀਂ ਸੁੱਤੇ ਨਾ ਚਲ ਕੋਈ ਨਹੀਂ ਕੰਮ ਹੈ ਕੰਮ ਸੋ ਜਾਂਗੇ ਸੋ ਜਾਂਗੇ ਸਾਰੀ ਉਮਰ ਹੀ ਸੋਣਾ ਸਹੀ ਗੱਲ ਨਾ ਸਾਰੀ ਉਮਰ ਸੋਣਾ ਦਿਲ ਤੇ ਇੱਕ ਟਾਈਮ ਇਦਾਂ ਆਉਣਾ ਕਿ ਆਪਾਂ ਪੱਕੇ ਨੀਂਦ ਤੇ ਸੋਣਾ ਪਰ ਆਪਾਂ ਹੋਸ਼ 'ਚ ਨਹੀਂ ਆਉਣਾ ਕਦੇ ਉਹ ਨੀਂਦ ਸਭ ਤੋਂ ਘੈਂਟ ਨੀਂਦ ਹੋਣੀ ਟੈਨਸ਼ਨ ਫਰੀ ਕਦੋਂ ਟੈਨਸ਼ਨ ਕਦੋਂ ਸੋ ਜਾਣਾ ਓਏ ਬਾਬਾ ਸਭ ਤੋਂ ਘੈਂਟ ਮੈਂ ਬੜੀ ਘੈਂਟ ਨਹੀਂ ਸਹੀ ਗੱਲ ਵੀ ਕਿ ਇੱਕ ਜਿਹੜਾ ਦਿਲ ਜੇ ਮੌਤ ਨਾ ਹੋਵੇ ਤੇ ਬੰਦਾ ਡਰੇ ਹੀ ਨਾ
ਕਿੰਨੇ ਪਾਪ ਹੋਣ ਕਿੰਨੇ ਨਾ, ਇੱਕ ਸਿਰਫ ਜਿਹੜਾ ਬੰਦਾ ਕਿ ਮਰਨ ਤੋਂ ਡਰਦਾ ਤਾਂ ਕਰਕੇ ਥੋੜਾ ਜਿਹਾ ਸਹੀ ਚੱਲਦਾ ਨਾ, ਜਾਂ ਇੱਕ ਰੱਬ ਤੋਂ ਡਰ ਕੇ। ਬਾਕੀ ਬਾਬਾ ਮੈਂ ਤਾਂ ਅੱਧਾ ਘੰਟਾ ਹੁਣ ਲੱਗਾ ਸੋਣ, ਨਿੰਬੂ ਪਾਣੀ ਪੀ ਕੇ, ਤੂੰ ਮੈਨੂੰ ਠਾਲ ਦੀ ਫਿਰ, ਠੀਕ ਹੈ, ਅੱਧੇ ਘੰਟੇ ਬਾਅਦ ਠਾਲ ਦੀ ਭਰਾ ਆਊਂਗਾ ਤਾਂ। ਡਨ, ਮੈਂ ਵੀ ਸੋ ਡਨ ਡਨ। ਮਿੱਤਰੋ ਕਹਿੰਦੇ ਮੁੰਡਿਆਂ ਨੇ ਮੰਗਾ ਲਿਆ ਇਹ ਬੱਤਾ ਨਿੰਬੂ ਪਾਣੀ, ਦੋ ਦਿਨ ਪਿਆਸ ਨੀ ਲੱਗਣੀ, ਠੰਡ ਪਾ ਨਿੰਬੂ ਪਾ ਤੇ ਬਰਫ ਪਾ। ਠੰਡ ਤਾਂ ਮੈਂ ਪਾ ਦੇਵਾਂ ਪਰ ਤੂੰ ਰੌਲਾ ਪਾ ਦੇਣਾ। ਉਹ ਮੈਂ ਕਿਹਾ ਮਤਲਬ ਕੀ ਬਰਫ ਬਰਫ, ਗਲਤ ਨਾ ਸੋਚਿਆ ਬਾਬਾ, ਐ ਘੋਲ ਕੇ ਪੀਓ ਨਮਕ ਪਾਣੀ, ਨਮਕ ਪਾਣੀ ਨੀ ਨਿੰਬੂ ਪਾਣੀ, ਦੋ ਦਿਨ ਪਿਆਸ ਨੀ ਲੱਗਣੀ। ਪਠਾਨਕੋਟ ਰੋਡ ਤੇ ਬਾਈ ਉਹਨਾਂ ਦਾ ਸ਼ੌਪ ਵਾਟਰ ਦੇ ਕੋਲ ਸ਼ੌਪ ਆ, ਤੇ ਜਰੂਰ ਪੀਓ। ਲਾਗੇ ਲੱਗਦੇ ਆ ਸੁਵਿਧਾ ਕੇਂਦਰ, ਲੱਗਦਾ ਲਾਗੇ ਸੁਵਿਧਾ ਕੇਂਦਰ ਲੱਗਦਾ, ਉਹ ਸੀ ਸਾਹਮਣੇ। ਆ ਤੂੰ ਕੋ ਸਭ ਢੜੇ ਕਿਉਂ ਸਾਹਮਣੀ ਆ ਫਿਰ, ਉਹ ਕਿੱਥੇ ਸਾਹਮਣੇ ਫਾਟਕ ਪਾਰ ਕਰਕੇ ਸਾਹਮਣੀ ਆ, ਇੱਥੇ ਬਹਿ ਕੇ ਤਾਂ ਦਿਖਦਾ ਜਿਹਾ ਨਿਸ਼ਾਨੀ, ਠੀਕ ਹੈ ਲਾਗੇ ਦੀ ਨਿਸ਼ਾਨੀ ਦੱਸ, ਜੋੜੇ ਹੱਥ ਦੇ ਨਾਲ ਜੋੜੇ ਪੈਰ ਅਸੀਂ ਗਏ ਹਾਰ ਦਫਾਈਆਂ। ਨਿੰਬੂ ਪਾਣੀ ਹੈ ਬਚ ਕੇ ਬਚ ਕੇ ਹੋਵੇ। ਮਿੱਤਰੋ ਇੰਡਸਟਰੀ ਵਿੱਚ ਇੱਕ ਨਵਾਂ ਵੀਰ ਐਂਟਰੀ ਕਰਨ ਲੱਗਾ ਹੈ ਐਜ਼ ਏ ਗੈਂਗਸਟਰ, ਤੇ ਗੱਲ ਤਾਂ ਸੋਣਾ ਉਹ ਬਾਬੇ, ਉਹ ਲੈ ਬਾਬੇ ਭਰਾ ਨਹੀਂ ਫਿਰ ਉਹ ਆ ਤਾਂ ਰਹੀ ਮੈਨੂੰ 5 ਮਿੰਟ ਲਈ ਏਦਾਂ ਲੱਗਾ ਕਿ ਇਹਨੇ ਆਪਣੇ ਚ ਬੰਦਾ ਮਾਰ ਦੇਣਾ ਆ, ਪਾਰੀਆਂ ਪੂਰੀਆਂ ਕਰਕੇ ਮਾਰੂਗਾ। ਵਿੱਕੀ ਡਰ ਗਿਆ, ਵਿੱਕੀ ਕਹਿੰਦਾ ਕਿਤੇ ਮੇਰੀ ਪਾਰੀ ਲੈ ਕੇ ਨਾ ਮਾਰ ਦੇਵੇ। ਵਿੱਕੀ ਭਾਈ ਕਹਿੰਦਾ ਬਲੈਂਕ ਸੀ ਆਊਗੀ, ਪੱਪੀਆਂ ਸਿੱਧੀਆਂ ਹੀ ਹੋਣਗੀਆਂ ਪੱਪੀਆਂ। ਮੈਂ ਕੈਮਰਾ ਬੰਦ ਕਰਕੇ ਫਿਰ ਚਲਾ ਲੈਣਾ। ਕਿੱਥੇ ਹੀ ਤੁਸੀਂ ਦੋਨੋਂ ਕਿੱਥੇ ਹੀ, ਪਹਿਲਾਂ ਮੈਨੂੰ ਦੱਸੋ ਸਾਰੀ ਟੀਮ ਇੱਥੇ ਬੈਠੀ, ਤੁਸੀਂ ਉੱਥੇ ਕੀ ਕਰਦੇ ਪਏ ਦੋਈ ਜਾਣੇ? ਨਹੀਂ ਭਾਜੀ ਕੈਮਰੇ ਸਭ ਕੁਝ ਦੇ, ਕੈਮਰੇ ਸਭ ਕੁਝ ਦੇ ਪਏ, ਕੈਮਰੇ ਉੱਥੇ ਵੀ ਲੱਗੇ ਆ। ਇਹ ਥੋੜ੍ਹਾ ਜਿਹਾ ਨਾ ਹੱਥੋਂ ਨਿਕਲਦੇ ਜਾਂਦੇ ਪਏ ਦੋਈ ਜਾਣੇ, ਇਹਨਾਂ ਦਾ ਕੋਈ ਵਿਗਾੜ ਦੇਣਾ ਪੈਣਾ। ਕਿਉਂ ਲਓ ਜੀ, ਵਿੱਕੀ ਨੇ ਲਾਈਆਂ ਹੋਈਆਂ ਰੌਣਕਾਂ, ਚਾਵਲਾ ਮੋਬਾਈਲ ਪੁਆਇੰਟ ਜੀ ਦੇ ਓਨਰ ਓਨਰ ਜੀ ਨੇ ਬੰਦ ਰੱਖ ਲਿਆ ਨਵਾਂ। ਤੂੰ ਮਮਾ ਕਾਹਦੇ ਟੂਲ ਤੇ ਬਹਿ ਗਿਆ, ਤੈਨੂੰ ਨੀ ਪਤਾ ਲੱਗਦਾ, ਘਾਟਾ ਪਵਾਤਾ, ਥੱਲੇ ਉਤਰਨਾ ਪੈਣਾ, ਮਾਰਦੇ ਛਾਲੇ ਵੀ ਬਾਂਦਰਾਂ ਜੇ ਛਾਲ ਮਾਰ ਤਾਂ ਸਹੀ ਮਮਾ, ਤੈਨੂੰ ਏਦਾਂ ਹੀ ਲੱਗਣਾ ਤੂੰ ਤੀਜੀ ਮੰਜ਼ਿਲ ਤੋਂ ਛਾਲ ਮਾਰੀ ਆ ਜਿੰਨਾ ਕੁੱਚਾ ਤੇ ਲਈ। ਹਾਂਜੀ ਆਹੋ ਸਹੀ ਹੈ ਸਹੀ ਹੈ, ਤੀਜੀ ਮੰਜ਼ਿਲ ਨਹੀਂ ਨਹੀਂ ਇਹ ਲਈ ਚੌਥੀ ਵੀ ਪਾਉਣੀ ਆਪਾਂ, ਬਾਬਾ ਸੌਖ ਰੱਖੇ ਤੇਰੇ ਵੀ ਪੈ। ਮਿੱਤਰੋ ਕਹਿੰਦੇ ਜਲੇਬੀਆਂ ਗਈਆਂ ਆ, ਪੂਰਾ 45 ਮਿੰਟ ਵੇਟ ਕੀਤਾ ਆਪਾਂ ਆਹੀ ਰੋਡ ਤੇ, ਪਰ ਗਰਾਰੀ ਆ ਕਿ ਵਿੱਚ ਦੀ ਜਲੇਬੀਆਂ ਖਾਣੀਆਂ ਖਾਣੀਆਂ, ਜਲੇਬੀਆਂ ਤੁਸੀਂ ਚੈੱਕ ਕਰਿਓ, ਚੈੱਕ ਕਰੀ ਬੱਬੇ
ਜਲੇਬੀ ਆ ਗਈ ਹੈ ਹਮ ਖਾਏਂਗੇ ਜਲੇਬੀ ਆ ਇਸ ਮੇ ਜਲੇਬੀ ਖਾ ਆ ਕੀ ਹੈ ਚੱਕੀ ਮਿਆਦੀ ਗੱਲ ਹੱਲ ਹੈ ਇਹ ਚ ਸਪੂਨ ਹੈ ਠੀਕ ਹੈ ਆ ਚੈੱਕ ਕਰ ਅਸਲੀ ਅਸਲੀ ਚੀਜ਼ ਬਣਾਓ ਇਹ ਹੈਗੀ ਰਬੜੀ ਇਹ ਰਬੜੀ ਹੈ ਰਬੜੀ ਇਹਦੇ ਨਾਲ ਖਾਵਾਂਗੇ ਠੰਡੀ ਠਾਰ ਹੋਵੇ ਜਲੇਬੀ ਜਲੇਬੀ ਪਹਿਲੀ ਵਾਰ ਦੇਖਿਆ ਮੈਂ ਕੀ ਸਿਸਟਮ ਹੈ ਸੱਚੀ ਸੋਹਣ ਲੱਗੀ ਜਲੇਬੀ ਨਹੀਂ ਕਦੀ ਖਾਧੀ ਤੇਰੇ ਚੰਗਾ ਆ ਰਬੜੀ ਠੰਡੀ ਹੁੰਦੀ ਨਾ ਉਹਦੇ ਨਾਲ ਖਾਂਦੀ ਬਹੁਤ ਸਵਾਦ ਲੱਗਦੀ ਹੈ ਇੱਦਾਂ ਖਾਲੀ ਖਾਲੀ ਨਹੀਂ ਹੈਗਾ ਜਲੇਬੀ ਹੈ ਗਰਮਾ ਗਰਮ ਇਹ ਜਲੇਬੀ ਨਾ ਹੋਵੇ ਹੋਰ ਕੁਛ ਹੋਇਆ ਮੈਂ ਤੈਨੂੰ ਕਿਹਾ ਤੂੰ ਜਾ ਤੇ ਕਰਦੇ ਇੱਥੇ ਕੋਈ ਨਹੀਂ ਜਲੇਬੀ ਹੀ ਆ ਉਹਦੇ ਬਾਅਦ ਦਾ ਪਿਆ ਆਂਜੇ ਓਏ ਓਏ ਦੇਸੀ ਕੀ ਵਾਲੀਆਂ ਦੇਸੀ ਵਾਲੀ ਇਹਨੂੰ ਖੋੜ ਇੱਕ ਭੇੜੇ ਨੂੰ ਵੀ ਖੋੜ ਖੜ ਜੋ ਖੋੜ ਹੀ ਲੈ ਇਹਨੂੰ ਵੀ ਖੋੜ ਇੱਕ ਵਾਰ ਸੀ ਇਹਦੇ ਨਾਲ ਜਲੇਬੀ ਲਾਵਾਂ ਓਏ ਫੱਕ ਆ ਗਈ ਓਏ ਹੋ 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 ਇਹ ਪਪੇ ਆ ਉਹ ਹੈ ਕਰੀਮ ਹਨ ਲਵਲੀ ਲਵਲੀ ਕੀ ਬਾਤ ਸਵਾਦ ਆ ਗਿਆ ਮੈਨੂੰ ਪਤਾ ਕੀ ਲੱਗਦਾ ਸੀ ਕਿ ਆਪਣਾ ਬਾਜੇ ਗਾਜੇ ਨਾਲ ਸਵਾਗਤ ਹੋਊਗਾ ਸਵਾਗਤ ਸਹੀ ਗੱਲ ਆ ਅਸੀਂ ਯਾਰ ਬੰਦ ਕਰਦੇ ਆ ਅਸੀਂ ਰਾਤ ਨੂੰ ਅਸੀਂ ਘਰ ਦੇ ਆ ਗਏ ਖੋਲ ਦੋ ਕੁੰਡਾ ਮੰਮੀ ਚਲੋ ਘਰੇ ਪਹੁੰਚ ਗਏ ਟਾਈਮ ਸਿਰ ਪਿੰਡ ਜੇ ਗੋਪਾਲਪੁਰ ਕਿਆ ਬਾਤ ਕਿਆ ਬਾਤ ਪਾਏ ਲਾਗੂ ਚੀਤੇ ਰੋ ਪਾਏ ਲਾਗੂ ਮੈਂ ਤਾਂ ਕਈ ਸਵਾਗਤ ਲਿਆ ਅੰਦਰ ਬਾਜਿਆ ਗਾਜਿਆ ਕੋਈ ਸਵਾਗਤ ਵਧੀਆ ਤਰੀਕੇ ਨਹੀਂ ਮਿਲੇ ਇੱਥੇ ਚੰਗੀ ਤਰ੍ਹਾਂ ਪੈਰੀ ਹੱਥ ਲਾ ਗਈ ਗੋਡੇ ਤੋਂ ਮੁੜੀ ਜਾਂਦਾ ਪੈਣ ਲੱਗਾ ਗਰਮੀ ਹੋ ਗਈ ਬਾਬਾ ਹੈ ਹੋਏ ਹੋਏ ਕਿਆ ਬਾਤ ਬੂਟੇ ਹਰੇ ਆਪਣੇ ਹੈ ਸਹੀ ਆ ਓਕੇ ਆ ਸਪਲੈਂਡਰ ਆਪਣਾ 2012 ਦੇ ਵਿੱਚ ਆ 2012 ਚ ਲਿਆ ਸੀਗਾ ਕਿਸ਼ਤਾਂ ਤੇ ਦੇ ਲਾ 2012 ਚ ਲਿਆ ਸੀ ਕਿਸ਼ਤਾਂ ਤੇ ਇਹੀ ਬਸ ਇਹੀ ਕਲੀਅਰ ਆ ਇੱਕ ਬਾਕੀ ਕੋਈ ਕਲੀਅਰ ਨਹੀਂ ਹਾਲੇ ਬਾਕੀ ਸਾਰਾ ਕੁਛ ਪਿਆ ਜਾਂਦੀ ਕੂਲਰ ਚਲਾਇਆ ਹੋਇਆ ਕੂਲਰ ਆਹ ਕੂਲਰ ਵੀ ਬਹੁਤ ਪੁਰਾਣਾ ਆਹ ਕੂਲਰ ਡੈਡੀ ਕਿੰਨੇ ਦਾ ਲਿਆ ਸੀ ਆਪਾਂ 2000 ਦਾ ਨਹੀਂ 1200 ਦਾ ਆਹ ਕੂਲਰ ਲਿਆ ਸੀ ਡੈਡੀ ਨੇ 1200 ਰੁਪਏ ਦਾ ਤੇ ਹਾਂ ਮੈਂ ਮੈਨੂੰ ਪਤਾ ਨਹੀਂ ਕੋਈ ਇੱਦਾਂ ਦਾ ਕੀ ਕਬਾੜੀ ਲੰਘਦਾ ਪਿਆ ਸੀ ਹਾਂ ਉਹ ਠੀਕ ਆ ਇਹ ਉਹ ਅੰਕਲ ਨਾ ਘਰੋਂ ਲਿਆ ਆ ਉਹ ਅੰਕਲ ਗੁਰੂ ਘਰ ਦੇ ਸਾਹਮਣੇ ਘਰ ਆ ਜਿਹਦਾ ਹਾਂ 1200 ਰੁਪਏ ਦਾ ਲਿਆ ਸੀਗਾ ਵਿੱਚ ਯਾਰ ਅਤੇ ਐਨ ਚਮਕਾ ਚਮਕੂ ਕੇ 5000 ਦਾ ਮੁੜ ਕੇ ਮੈਂ ਵੇਚਣ ਲੱਗਾ ਸੀ ਘਰ ਦੇ ਕਹਿੰਦੇ ਨਹੀਂ ਰੱਖ ਲੈਂਦੇ ਆ ਵੇਚਣ ਹੀ ਤੇ ਉਦੋਂ ਮੈਨੂੰ ਉਹਨੇ ਇਹ ਆਪਣਾ ਹਾਂ ਠੰਡਾ ਹੁੰਦਾ ਕੋਲਡ ਡਰਿੰਕ ਹੋਏ 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 ਏ ਸੀ ਚੱਲਦਾ ਪਿਆ ਕਿਆ ਬਾ ਕਿੰਨੇ ਟਾਈਮ ਬਾਅਦ ਇੱਥੇ ਪਹੁੰਚਿਆ ਕਮਰੇ 'ਚ ਓਕੇ ਆ ਉਦਾਂ ਉਦਾਂ ਹੀ ਆ ਜਿੱਦਾਂ ਛੱਡ ਗਏ ਅਸੀਂ ਹਾਂਜੀ ਇੱਦਾਂ ਠੀਕ ਹੋ ਸਾਰੇ ਓਕੇ ਘੈਂਟ ਹੋ ਫਾਈਨਲੀ ਘਰ ਪਹੁੰਚ ਗਏ ਹਾਂ ਅਤੇ ਬਾਪੂ ਜੀ ਨੇ ਮੰਜਾ ਡਾਇਆ ਹੋਇਆ ਬਾਪੂ ਜੀ ਨਾਲ ਲੰਮੇ ਪਏ ਹੋਏ ਆ ਇਸ ਲਈ ਆਪਾਂ ਹੌਲੀ ਬੋਲਾਂਗੇ ਅਤੇ ਵਲੌਗ ਕਰਾਂਗੇ ਇੱਥੇ ਖਤਮ ਚਪੇੜਾ ਪੈਣੀ ਚਪੇੜਾ ਪੈਣੀ
ਘਰਦੇ ਨੇ ਬਣਾਏ ਆ ਕਾਲੇ ਛੋਲੇ ਅਤੇ ਨਾਲ ਚੌਲ ਓਕੇ ਨਾ ਯੈਸ ਗੱਲਬਾਤ ਚਲੋ ਜੀ ਸਾਰਿਆਂ ਨੂੰ ਬਾਏ ਬਾਏ ਥੈਂਕ ਯੂ ਬਲੌਗ ਦੇਖਣ ਲਈ ਗੁੱਡ ਨਾਈਟ ਗੁੱਡ ਨਾਈਟ ਲਾਈਕ ਕਮੈਂਟ ਜ਼ਰੂਰ ਕਰਿਓ ਅੱਜ ਗੁੱਡ ਨਾਈਟ ਚੜ੍ਹੀ ਹੋਣੀ ਨਾ ਸਵੇਰੇ ਲੇਟ ਹੀ ਉੱਠਣਾ ਹੋਇਆ ਕਿਆ ਬਾਤ ਹੋਏ ਓਏ ਮਿੱਤਰੋ ਕਹਿੰਦੇ ਗੱਡੀ ਹੋ ਗਈ ਆ ਰੈਡੀ ਹੁਣ ਚੱਲੇ ਆਪਾਂ ਪੱਖੋ ਕੇ ਮੁੜਕੋ ਮੁੜਕੀ ਹੋ ਗਿਆ ਮੁੜਕੋ ਮੁੜਕੀ ਮੁੰਡਾ ਕਹਿੰਦੇ ਕੱਪੜੇ ਹੈ ਨੀ ਸੀ ਇਹ ਕੱਚੇ ਗਿੱਲੇ ਏਦਾਂ ਹੀ ਸੁੱਕਣੇ ਪਾ ਲਏ ਆ ਉੱਥੇ ਜਾ ਕੇ ਮੈਂ ਕਿਹਾ ਏਦਾਂ ਹੀ ਤਿਆਰ ਹੋ ਜਾਵਾਂਗੇ ਏਦਾਂ ਕੱਚਿਆਂ ਕੁੱਛਿਆਂ 'ਚ ਨਿਕਲ ਚੱਲੇ ਆ ਚੱਪਲਾਂ ਦੇ ਵਿੱਚ ਨਹਾਤੇ ਵੀ ਹੈ ਨੀ ਵੀ ਕਹਿੰਦੇ ਝੂਠ ਬੋਲੀ ਨਹਾਤਾ ਨੀ ਨਾ ਤੂੰ ਬੁਰਸ਼ ਵੀ ਨੀ ਕੀਤਾ ਜੀ ਬੁਰਸ਼ ਵੀ ਨੀ ਕੀਤਾ ਉਹ ਤੇਰਾ ਭਲਾ ਹੋ ਜਾਵੇ ਲੈ ਕੇ ਪੱਖੋ ਕਹੀ ਉਸ ਦਾਤਣ ਕਰਾਂਗੇ ਜਾ ਕੇ ਦਾਤਣ ਦਾਤਣ ਸਵਾ ਮਿਹਨਤ ਆ ਤਿੰਨ ਤੇ ਏਸੀ ਚੱਲਦਾ ਪਿਆ ਸਵਾ ਮਿਹਨਤ ਦਾ ਝੂਠ ਬੋਲੀ ਚਾਰ ਤੇ ਗਰਮੀ ਹੋ ਗਈ ਵਾਹਵਾ ਗਈ ਆ ਗੱਡੀ ਵੀ ਧੋਣ ਵਾਲੀ ਹੋ ਗਈ ਸੀਗੀ ਪਰ ਮੈਂ ਤਾਂ ਹੀ ਨੀ ਧਵਾਈ ਮੈਨੂੰ ਪਤਾ ਹੀ ਹੁਣ ਲਿਬੜਨੀ ਆ ਘੜੀ ਕਹਿਤਾ ਕਿ ਤੁਰ ਪੋ ਤਾਂ ਆਪਣਾ ਅਸੂਲ ਪਹਿਲਾਂ ਗੱਡੀ ਮੋੜ ਦੋ ਹਵੇਲੀ ਵੱਲ ਮੋੜ ਦੋ ਸੱਚੀ ਮੋੜ ਦੇ ਆਪਣਾ ਅਸੂਲ ਆ ਜੀ ਯਾਰਾਂ ਦੋਸਤਾਂ ਨੇ ਕਹਿਤਾ ਕਿ ਤੁਰ ਪੋ ਤੇ ਤੁਰਨਾ ਹੀ ਆਈ ਤੁਰਨਾ ਹੀ ਫੇਰ ਨੀ ਦੇਖਣਾ ਕਿ ਨਹਾਤਾ ਕਿ ਨਹੀਂ ਨਹਾਤਾ ਚੱਲ ਬਿਸ਼ੀਰਾ ਰੋਟੀ ਖਾ ਕੇ ਆ ਮੇਰਾ ਕੀ ਕਹਿਣਾ ਤੂੰ ਆਪਣਾ ਦੇਖ ਨਹੀਂ ਖਾਇਆ ਰੋਟੀ ਰੋਟੀ ਛੱਡੀ ਰੋਟੀ ਛੱਡੀ ਪਰੋਠੇ ਆਈ ਖਾ ਗਿਆ ਮੈਂ ਓਕੇ ਵਾਹ ਤੇ ਬਾਕੀ ਤੁਹਾਨੂੰ ਅੱਜ ਪੈਣ ਕੇ ਮੁਕਾਬਲੇ ਟੋਚਣ ਦੇ ਮੁਕਾਬਲੇ ਨਹੀਂ ਹੋਣਗੇ ਕਦੋਂ ਹੀ ਹੋਊ ਅੱਜ ਚੱਲ ਫੇ ਵਿੱਕੀ ਉੱਠ ਕੇ ਕੁੰਡਾ ਲਾ ਜਿਵੇਂ ਕਿ ਤੁਹਾਨੂੰ ਪਤਾ ਕਿ ਗਰਮੀ ਵਾਹਵਾ ਆ ਉਸ ਤਰ੍ਹਾਂ ਲਵਾਉਣਾ ਮੈਂ ਉਸ ਤਰ੍ਹਾਂ ਨੀ ਲਵਾਉਣਾ ਤੁਸੀਂ ਮੈਂ ਕੱਲਾ ਕੱਛਾ ਤੇ ਉਸ ਤਰ੍ਹਾਂ ਲਵਾਉਣਾ ਕੱਛਾ ਤੇ ਉਸ ਤਰ੍ਹਾਂ ਆਪਣੀ ਯਾਰ ਦੀ ਦੁਕਾਨ ਕਹਿੰਦੇ ਸਣੀ ਇਹਨੇ ਫੈਂਟੀ ਸਲੂਨ ਵਾਲਾ ਕੀ ਕਹਿੰਦੇ ਸਹੀ ਗੱਲ ਆ ਕਹਿੰਦੇ ਬੜਾ ਚਿੱਲ ਹੋਣਾ ਗਰਮੀ ਦੇ ਵਿੱਚ ਪਤਾ ਨੀ ਕੀ ਤੁਸੀਂ ਚਿੱਲ ਕਰਨਾ ਇਹ ਗੱਲ ਸੁਣੋ 5 ਕੁ ਮਿੰਟ ਬਾਹਰ ਰੁਕੇ ਆ ਗਰਮੀ ਬਹੁਤ ਪਤਾ ਨੀ ਕੀ ਚਿੱਲ ਕਰਨਾ ਉੱਥੇ ਉਹੀ ਕਮਰੇ ਚ ਜੋ ਪਿਛਲੇ ਵੀ ਕੀਤਾ ਸੀਗਾ ਮੰਗਾ ਲੈਣਾ ਖਾਣ ਪੀਣ ਨੂੰ ਪਾਣੀ ਚ ਕੈਫੇ ਹਾਂ ਵਿੱਕੀ ਕੀ ਹੋਇਆ ਚੁੱਪ ਛਪੀਤਾ ਆ ਭਾਈ ਨੇ ਕੁਛ ਖਵਾ ਤਾਂ ਨੀ ਦਿੱਤਾ ਮਤਲਬ ਕਿ ਕੋਈ ਖਾਣ ਪੀਣ ਵਾਲੀ ਚੀਜ਼ ਪਾਣੀ ਖਵਾ ਆ ਰੇ ਨਾ ਖਵਾ ਆ ਗਿਆ ਮੈਂ ਬਲੌਗ ਚੈੱਕ ਕਰ ਲਈ ਪਵਾ ਨੀ ਗਿਆ ਮੈਂ ਉਹ ਪਵਾ ਰੇ
ਮਿੱਤਰੋ ਕਹਿੰਦੇ ਪੱਖੋ ਕੇ ਨੂੰ ਪੈ ਗਈਆਂ ਦੋ ਹੀ ਗੱਡੀਆਂ ਤੇ ਪੱਖੋ ਕੇ ਜਾ ਕੇ ਕਰਾਂਗੇ ਕੱਦੂ ਦੇ ਵਿੱਚ ਬਲੌਗਿੰਗ ਉਹ ਸੋਰੀ ਕੱਦੂ ਦੇ ਵਿੱਚ ਕੀ ਗੱਡੀ ਲੈਣ ਚੱਲੇ ਆ ਤੇ ਗੱਡੀ ਅੱਗੋ ਚੁਕਾਉਣੀ ਵੀ ਆ ਕਿਉਂਕਿ ਜਿਹੜਾ ਹੈ ਨਾ ਅੱਗੋ ਅੱਗੋ ਫੈਂਡਰ ਜਿਹੜਾ ਉਹ ਲੱਗਦਾ ਪਿਆ ਅਗਲਾ ਜਦੋਂ ਗੱਡੀ ਮੋੜਦਾ ਨਾ ਕੱਦੂ ਦੇ ਵਿੱਚ ਕੱਲ ਕੱਦੂ ਵਿੱਚ ਪਾਈ ਸੀ ਤੇ ਭਾਜੀ ਨੂੰ ਦੱਸਿਆ ਸੀਗਾ ਕਿ ਜਿਹੜਾ ਫੈਂਡਰ ਨਾਲ ਲੱਗਦਾ ਜਦੋਂ ਆਪਾਂ ਟਾਇਰ ਘੁਮਾਉਂਦੇ ਆ ਭਾਜੀ ਕਹਿੰਦੇ ਫਿਰ ਅੱਗੋ ਚੁਕਾ ਦਿੰਦੇ ਹੁਣ ਅਸੀਂ ਗੱਡੀ ਚੁਕਾਉਣ ਹੀ ਚੱਲੇ ਹਾਂ ਤੇ ਬਾਕੀ ਮਾਹੌਲ ਇੱਥੇ ਓਕੇ ਹੋਇਆ ਪਿਆ ਆ ਬੱਦਲ ਹੋ ਗਏ ਆ ਵਾਹ ਵਾਹ ਤੇ ਜੇ ਮੀਂਹ ਪੈ ਗਿਆ ਤਾਂ ਕੰਮ ਹੋਰ ਵੀ ਸਿਰਾ ਹੋਣਾ ਨਹੀਂ ਨਹੀਂ ਉਹ ਪੱਖੋ ਕੇ ਵਾਲਾ ਹੁਣ ਰੋਡ ਆਇਆ ਬਾਬਾ ਉਹ ਹੋਰ ਕੋਈ ਸੀਗਾ ਤੇ ਆਹ ਰੇਲਾ ਚੈੱਕ ਕਰ ਲੈਣੀ ਯਕੀਨ ਤਾਂ ਇਹ ਆ ਆ ਇਹ ਹਾਂ ਹੁਣ ਭਾਜੀ ਤਾਂ ਗੱਡੀ ਆਇਆ ਨੀ ਮੁੜਨ ਲੱਗੇ ਮੈਨੂੰ ਲੱਗਦਾ ਪਹਿਲਾਂ ਪੱਖੋ ਕੇ ਸਿੱਧੀ ਸਿੱਧੀ ਹੋਰ ਪਾਸੇ ਕੰਮ ਹੀ ਚੱਲੇ ਲੱਗਦਾ ਆ ਜਾ ਫਿਰ ਭਾਜੀ ਗਰਾਰੀ ਆ ਫਿਰ ਜਿੰਨੀ ਮਰਜ਼ੀ ਮੋੜ ਲਾ ਜੇ ਆ ਜਾ ਭਾਜੀ ਫਿਰ ਇਹਦਾ ਫਿਰ ਅੱਜ ਗਰਾਰੀ ਆ ਫਿਰ ਅੱਜ ਆ ਜਾ ਭਾਜੀ ਆਹ ਛਿੱਲ ਹੋ ਗਈ ਆਹ ਛਿੱਲ ਮੈਂ ਛਿੱਲ ਦੇਣੀ ਆ ਮੇਰਾ ਕੀ ਆ ਇਹ ਟਾਇਰ ਵੱਡੇ ਦਾ ਹੈਗਾ ਫਰਕ ਹੈਗਾ ਆ ਇਹਨਾਂ ਨਾਲ ਨੀ ਕਹਿਣਾ ਇਹਨਾਂ ਦੇ ਵੀ ਟਾਇਰ ਵੱਡੇ ਆ ਇਹ ਪਰ ਕੋਸ਼ਿਸ਼ ਕਰਾਂਗੇ ਆਪਣੇ ਵੱਡੇ ਆ ਪੇਚਾ ਨਾ ਭਾਈ ਭਾਜੀ ਪੇਚਾ ਨਾ ਭਾਈ ਔਖਾ ਹੋਏਗਾ ਡਰਦਾ ਭਾਜੀ ਕਿਤੇ ਉਹ ਵੀ ਕਹਿੰਦਾ ਹੋਣਾ ਕੋਈ ਨੀ ਭਾਜੀ ਕਹਿੰਦਾ ਲੱਗੀ ਤਾਂ ਲੱਗੀ ਜਾਂਦੇ ਹੁਣ ਇੱਕ ਤਾਂ ਫੋਰਚੂਨਰ ਤਾਂ ਆਪਾਂ ਕਰਤੀ ਪਿੱਛੇ ਹੈ ਨਾ ਇਹ ਨੀ ਹੋਣੀ ਨਾਲ ਵਾਲੇ ਨੂੰ ਮਾਮਾ ਕੋਈ ਟੂਲ ਵਾਲਾ ਉਹ ਵੀ ਪੱਟ ਗਿਆ ਉਹ ਮਾਮਾ ਸੱਟੀ ਆ ਜਾਓ ਅੰਕਲ ਆ ਜਾਓ ਤੁਸੀਂ ਆ ਜਾਓ ਤੁਹਾਡੇ ਨਾਲ ਕੋਈ ਵੈਰ ਨੀ ਆਪਣਾ ਤੁਹਾਡੇ ਨਾਲ ਕੋਈ ਆਪਣੀ ਈਰਖਾ ਨੀ ਤੁਸੀਂ ਆਪਣਾ ਕਰੋ ਕੋਈ ਚੱਕਰ ਨੀ ਹੈਗਾ ਤੁਸੀਂ ਕੰਮ ਕਰੋ ਇਹ ਕੀ ਇਹ ਕੋਈ ਤੋੜ ਗਿਆ ਤੋੜ ਗਿਆ ਚਲੋ ਠੀਕ ਆ ਤੋੜ ਗਿਆ ਕੋਈ ਤੋੜ ਗਿਆ ਪੈਦਾ ਹੋ ਗਿਆ ਪੈਦਾ ਹੋ ਗਿਆ ਥੈਂਕ ਯੂ ਤੁਹਾਨੂੰ ਥੈਂਕ ਯੂ ਸੋ ਮੱਚ ਉਦਾਂ ਹੀ ਕਹੀ ਜਾਵੇ ਢਿੱਲੋ ਭਾਈ ਤੋੜ ਗਿਆ ਜੀ ਹੁਣ ਕੀ ਫਾਇਦਾ ਪਛਤਾਉਣ ਦਾ ਨਹੀਂ ਨਹੀਂ ਹੁਣ ਪਰ ਸਵਾਦ ਨਹੀਂ ਆ ਰਿਹਾ ਉਹ ਫੀਲ ਤਾਂ ਹੋ ਰਿਹਾ ਮੈਂ ਗੱਲ ਕਹਿੰਦਾ 4500 ਰੁਪਈਆ ਕੀ ਉਹਨੂੰ ਕਹਿੰਦੇ ਨੈਸਕੈਫੇ ਲਿਆ ਕੇ ਘਰੇ ਰੱਖਿਆ ਹੁੰਦੀਆਂ ਡੇਢ ਸਾਲ ਚੱਲਦੀਆਂ ਸੀ ਹੈਨਾ ਪਰ ਆਪਾਂ ਚਲਾਉਣੀਆਂ ਨਹੀਂ ਲਓ ਵੀ ਮਿੱਤਰੋ ਕਹਿੰਦੇ ਮੁੰਡੇ ਪਹੁੰਚ ਗਏ ਆ ਪੱਖੋ ਕੇ ਜਿਹੜੇ ਸਵੇਰੇ ਕੱਢਾਂਗੇ ਕੱਦੂ ਵਾਲੇ ਬਲੌਗ ਕੱਦੂ ਵਾਲੇ ਰੱਸਾ ਖਿੱਚੀ ਵਾਲੇ ਗੱਡ ਖਾਨਾ ਪਹਿਲਾਂ ਹੀ ਵਾਹਵਾ ਆ ਗਿਆ ਪੰਜ ਗੱਡੀਆਂ ਦਾ ਆਪਣੇ ਜਾਂਦੀਆਂ ਪਈਆਂ ਇਹਨਾਂ 'ਚ ਕੱਦੂ ਕੱਢਾਂਗੇ ਨਾ ਇਸ ਟਾਈਮ ਰਾਤ ਨੂੰ ਪਤਾ ਨਹੀਂ ਲੱਗਦਾ ਪਿਆ ਪਰ ਸਵਾਦ ਬਹੁਤ ਹੋਣਾ ਸਵੇਰੇ ਆਪਾਂ ਰੱਸਾ ਖਿੱਚੀ ਦਾ ਪਹਿਲਾਂ ਭਾਜੀ ਕਹਿੰਦੇ ਕੱਢਣਾ ਬਲੌਗ ਰੱਸਾ ਖਿੱਚੀ ਕਰਾਂਗੇ ਅਤੇ ਉੱਤੋਂ ਸ਼ਾਮੀ ਫਿਰ ਕਹਿੰਦੇ ਬਾਂਦਰ ਕਿੱਲਾ ਖੇਡਾਂਗੇ ਵੀ ਬਾਂਦਰ ਕਿੱਲੇ ਤੋਂ ਬਾਅਦ ਅਗਲੇ ਦਿਨ ਫਿਰ ਟੂਚਨ ਟੂਚਨ ਪਾਵਾਂਗੇ ਕੱਦੂ ਕੱਦੂ ਦੇ ਕੱਢਾਂਗੇ ਬਲੌਗ ਮਤਲਬ ਕਿ 3-4 ਬਲੌਗ ਤਾਂ ਲਗਾਤਾਰ ਹੀ ਆਊਗੇ ਘੈਂਟ ਵਾਲੇ ਅਤੇ ਸਾਰੇ ਜਣੇ ਜੁੜੇ ਰਹੋ ਕਿਆ ਬਾਤ ਪਿੰਡ ਆ ਕੇ ਮਾਹੌਲ ਹੀ ਚੇਂਜ ਹੋ ਜਾਂਦਾ ਮੈਨੂੰ ਆਇਆ ਹਿਸਾਬ ਤਾਂ ਸ਼ਹਿਰ ਆ ਚੀਜ਼ਾਂ ਨਹੀਂ ਬਣਦੀਆਂ ਪਿੰਡ ਬੰਦਾ ਰਹਿੰਦਾ ਨਾ ਸਾਰੇ ਜਣੇ ਇਕੱਠੇ ਰਹਿੰਦੇ ਆ ਰੌਣਕ ਮੇਲਾ ਲੱਗਾ ਰਹਿੰਦਾ ਆ
ਵਿੱਕੀ ਦਾ ਸਪਲੈਂਡਰ ਖੜਾ, ਵਿੱਕੀ ਦਾ ਸਪਲੈਂਡਰ ਖੜਾ, ਤੇ ਜਦੋਂ ਰੌਣਕ ਮੇਲਾ ਲੱਗਾ ਰਹਿੰਦਾ ਸਵਾਦ ਹੀ ਤਾਂ ਆਉਂਦਾ, ਉਹ ਵਿੱਕੀ ਵਾਲਾ ਸਪਲੈਂਡਰ ਖੜਾ, ਵਿੱਕੀ ਸਪਲੈਂਡਰ 'ਚ ਕੱਦੂ ਘੁਮਾਊਗਾ, ਉਹ ਸੋਰੀ ਕੱਦੂ 'ਚ ਸਪਲੈਂਡਰ ਘੁਮਾਊਗਾ, ਸਪਲੈਂਡਰ 'ਚ ਕੱਦੂ ਘੁਮਾਊਗਾ, ਵਾਹ ਜੀ ਵਾਹ, ਜਮਾਈ ਭੋਰਤੀ ਜਮਾਈ ਭੋਰਤੀ ਹੈ ਨਾ।